ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਲਓ ਜੀ ਸ਼ੰਭੂ ਬਾਰਡਰ ਤੇ ਪਹੁੰਚੇ ਆ ਜੀ। ਅੱਜ ਫਿਲਹਾਲ ਰਾਤ ਦੇ 8:30 ਦਾ ਟਾਈਮ ਹੋ ਚੁੱਕਿਆ ਤੇ ਲੰਗਰ ਦੀ ਸੇਵਾ ਕਰ ਰਹੇ ਆ ਪਿੱਛੇ ਪਿੰਡ ਦੇ ਨੌਜਵਾਨ ਕਲੱਬ ਵੱਲੋਂ। ਤੇ ਬਾਕੀ ਤੁਹਾਨੂੰ ਆਪਾਂ ਉਹਦੇ ਤੇ ਹਾਲਾਤ ਦਿਖਾਵਾਂਗੇ ਜੋ ਜੋ ਇੱਥੇ ਮਤਲਬ ਹਾਲਾਤ ਹੋ ਰਹੇ ਹੈਗੇ ਨੇ ਫਿਲਹਾਲ, ਕਿੱਡਾ ਕੁ ਲੰਬਾ ਹਨਾ ਜਾਮ ਹੈ। ਸੋ ਸਾਰਾ ਹੁਣ ਜਾਵਾਂਗੇ ਅੱਗੇ, ਕੌਫੀ ਦਾ ਲੰਗਰ ਤਿਆਰ ਹੋ ਰਿਹਾ ਤੇ ਵਰਤਾਵਾਂਗੇ ਨਾਲ ਦੀ ਨਾਲ ਹਨਾ। ਵੀ ਤੁਸੀਂ ਕੰਡੀਸ਼ਨ ਦੇਖੋ ਵੀ ਕੰਡੀਸ਼ਨ ਕੀ ਬਣੀ ਪਈ ਹੈ। ਸਰਕਾਰ ਨੇ ਮਤਲਬ ਜਿਹੜੇ ਪ੍ਰਬੰਧ ਕੀਤੇ ਆ, ਬੈਰੀਗੇਟ ਲਾਏ ਨੇ, ਮਤਲਬ ਇੰਨਾ ਇੱਕ ਆਪਾਂ ਕਹਿ ਸਕਦੇ ਹਾਂ ਵੀ ਇੰਡੀਆ ਦੇ ਵਿੱਚ ਇੱਕ ਸਿਰਫ ਪੰਜਾਬ ਪ੍ਰਤੀ ਉਹ ਤੁਸੀਂ ਹਿਸਾਬ ਲਾ ਲਓ ਵੀ ਦੇਖੋ ਜਿਹੜੀ ਬੈਰੀਗੇਟਿੰਗ ਕੀਤੀ ਹੈ ਕਿੱਡੇ ਤਕੜੇ ਲੈਵਲ ਦੀ ਕੀਤੀ ਹੈ। ਇੱਕ ਸਿਰਫ ਪੰਜਾਬ ਤੋਂ ਡਰਦੇ ਮਾਰਿਆ ਨੇ ਹਨਾ। ਮੈਨੂੰ ਨਹੀਂ ਲੱਗਦਾ ਵੀ ਐਡੀ ਹੋਰ ਕਿਸੇ ਸਟੇਟ ਦੀ ਜ਼ਰੂਰਤ ਵੀ ਹੋਊਗੀ ਵੀ ਹਨਾ, ਜਿੱਡੀ ਮਤਲਬ ਪੰਜਾਬ ਨੇ ਆਪਣਾ ਦਬਦਬਾ ਬਣਾ ਕੇ ਰੱਖਿਆ ਹੋਇਆ। ਅਤੇ ਬਾਕੀ ਲੰਗਰ ਤਿਆਰ ਹੋ ਜਾਵੇ ਅਤੇ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ, ਦਿਖਾਵਾਂਗੇ ਪੂਰਾ ਹਨਾ ਮਾਹੌਲ ਇੱਥੇ ਦਾ। ਅਤੇ ਸਾਡੇ ਸਾਰੇ ਚਾਚੇ ਸਾਹਿਬਾਨ ਨੂੰ ਨਹੀਂ, ਹਾਂਜੀ ਹਾਂ ਜ਼ਰੂਰ। ਹੋਰ ਚਾਚਾ ਠੀਕ ਠਾਕ? ਹਾਂ ਵਧੀਆ ਵਧੀਆ। ਆਂਬਲਾ ਮਾਰ ਲਿਆ ਚਲੋ ਹਨਾ, ਪਿੰਡ ਦੇ ਸਾਰੇ ਵੀ ਜਿੰਨੇ ਵੀ ਨੌਜਵਾਨਾਂ ਦੇ ਸਹਿਯੋਗ ਨਾਲ, ਬਿਲਕੁਲ ਸਹਿਯੋਗ ਨਾਲ ਆ, ਹਾਂਜੀ ਹਾਂ। ਤੇ ਚਾਹ ਦਾ ਲੰਗਰ ਤਿਆਰ ਹੋ ਰਿਹਾ, ਕੌਫੀ ਦਾ ਲੰਗਰ, ਤੇ ਹੁਣ ਜਾਵਾਂਗੇ ਲੈ ਕੇ। ਆਪਾਂ ਨੇ ਵਰਤਾਉਣਾ ਕੇਤਲੀਆਂ ਚੱਕ ਲੈਣੀਆਂ ਨਾਲ, ਤੇ ਡਿਸਪੋਜ਼ਲ ਗਲਾਸ ਲਏ ਆਪਾਂ ਨੇ ਜਿੰਨੇ ਵੀ, ਹਾਂ ਡਿਸਪੋਜ਼ਲ ਗਲਾਸ ਤੇ ਪੂਰੀਆਂ ਟਰਾਲੀਆਂ। ਤੁਸੀਂ ਦੇਖੋ ਵੀ ਫਿਲਹਾਲ ਆਪਣੇ ਵੀਰ ਜਿਹੜੇ ਦੂਰੋਂ ਦੂਰੋਂ ਆਏ ਨੇ, ਕੋਈ ਅੰਮ੍ਰਿਤਸਰ ਤੋਂ ਦੇਖੋ ਕਿੰਨੀ ਦੂਰੋਂ, ਸੰਗਰੂਰ ਤੋਂ ਟਰਾਲੀਆਂ ਬਹੁਤ, ਅੱਗੇ ਦੇਖੋ ਤੁਸੀਂ ਜਲਵੇ, ਕਿਉਂਕਿ ਤੁਹਾਨੂੰ ਪਤਾ ਸਿਸਟਮ ਉਲਝਣ ਕਰਕੇ। ਚਲੋ ਸਾਡੇ ਪਿੰਡ ਨੇੜੇ ਆ ਇੱਥੋਂ, ਤਾਂ ਕਰਕੇ ਵਧੀਆ ਹਮਲਾ ਵੱਜ ਜਾਂਦਾ ਇੱਥੇ। ਇੰਨਾ ਪਾਣੀ ਮੁੜ ਕੇ ਜਾਓ ਵਾਪਸ ਆਏ, ਇੰਨਾ ਪਾਣੀ ਘੱਗਰ ਚ ਉਹ ਜਿੱਥੇ ਟੋਆ ਪੱਟਿਆ ਵਾ, ਆ ਗੋਲੀਆਂ ਵਜੀਆਂ ਤਿੰਨ ਇੱਥੇ ਇੱਥੇ, ਹੁਣ ਦਿਖਾ ਨਹੀਂ ਸਕਦੇ, ਪਲਾਸਟਿਕ ਦੇ ਮਾਰਦੇ ਸਾਰੇ, ਆਪਣਾ ਸਿਰਫ ਅੱਖ ਦੀ ਬਚਾਉਣ ਦੀ ਲੋੜ ਆ। ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ? ਮੈਨੂੰ ਅੱਜ ਪਿੱਛੋਂ ਚੱਲਦੇ ਤੇ 8 ਦਿਨ ਹੀ ਹੋ ਗਏ ਆ ਪਿੱਛੋਂ ਚੱਲਦੇ ਆਏ। ਤੁਹਾਡਾ ਕਿਹੜਾ ਏਰੀਆ? ਮੈਂ ਚੰਡਿਆਲਾ ਗੁਰੂ ਜਾਉਣ ਆ। ਅੱਛਾ ਜੀ, ਤੇ ਅੰਮ੍ਰਿਤਸਰ ਤੋਂ ਆਏ? ਅੰਮ੍ਰਿਤਸਰ ਤੋਂ ਆਏ, ਅੰਮ੍ਰਿਤਸਰ। ਅੱਜ ਇੱਥੇ 3 ਦਿਨ ਹੋ ਗਏ ਆ। ਹਾਂ ਅੰਮ੍ਰਿਤਸਰ ਦੀ ਬਹੁਤ ਇੱਥੇ ਟਰਾਲੀਆਂ ਖੜੀਆਂ ਨੇ, ਅੰਮ੍ਰਿਤਸਰ ਦੀ, ਅੰਮ੍ਰਿਤਸਰ ਤਰਨਤਾਰਨ। ਪਰ ਕੁਛ ਨਹੀਂ ਹੈਗਾ ਵੀਰੇ, ਉਹ ਮਰਾਠੇ ਡਰ ਜਾਂਦੇ ਨੇ, ਬਿਲਕੁਲ। ਉਹਨੇ ਐ ਹੱਥ ਫੜ ਲਿਆ, ਮੈਂ ਪਾਣੀ ਨਹੀਂ ਪੀਣ ਦੇਣਾ। ਮੈਂ ਭਾਈ ਅਸੀਂ ਭਾਈ ਕਨੇਗੇ ਦੀ ਦੱਸ ਲਿਆ ਡੱਕ ਨੂੰ, ਉਹ ਪਿੱਛੇ ਹੀ ਕਿੰਨੇ ਕੁ ਬੰਦੇ, 100 ਕੁ ਬੰਦਾ, ਉਹਨੂੰ ਐ ਹੱਥ ਪਾਇਆ ਚੁੱਕ ਕੇ ਸੁੱਟਤਾ, ਫਿਰ ਸਾਲੇ ਆਉਣ ਲੱਗੇ। ਪਰ ਭਾਈ ਹਰਿਆਣੇ ਦੀ ਪੁਲਿਸ ਆਪਣੇ ਤੇ ਅਤਿਆਚਾਰ ਨਹੀਂ ਕਰਦੀ, ਸਿਰਫ ਮਰਾਠੇ ਆ ਤੇ ਜਾਂ ਕੁੜੀ ਆ ਜੋ ਵੀ ਆ, ਉਹ ਕਾਂਡੇ ਆ ਸੈਂਟਰ ਹਰਿਆਣੇ ਵਾਲੀ ਪੁਲਿਸ ਦੀ ਹੱਥ, ਇਹਨਾਂ ਦਾ ਬਸ ਨਹੀਂ ਚੱਲ ਰਿਹਾ ਭੰਗ ਕਰਨ ਨੂੰ। ਫਿਰ ਹਰਿਆਣੇ ਵਾਲੇ ਨੂੰ ਵੀ ਪਾਣੀ ਪਿਆਇਆ ਖੁਦ, ਇੱਕ ਬਾਪੂ ਹੀ ਇਦਾਂ ਦਾ, ਉਹਨੂੰ ਬੜੀ ਪੈਂਚ, ਉਹਨੇ ਚੱਲ ਗਿਆ ਵਿਚਾਰਾ, ਬਹੁਤ ਕੁੱਟਿਆ, ਬਹੁਤ ਜ਼ਿਆਦਾ ਗਲਤ, ਸਿਆਣੇ ਬਜ਼ੁਰਗ ਬੰਦੇ ਨਾਲ ਥੋੜਾ ਗਲਤ। ਦੇਖੋ ਆਪਣੇ ਬੰਦੇ ਇੰਨਾ ਉਹ ਨਹੀਂ ਕਰਦੇ ਹੈ ਵੀ ਆਪਾਂ ਨੇ ਨੁਕਸਾਨ ਕਰਨਾ ਜਾਂ ਆਪਾਂ ਨੇ ਭੰਗ ਕਰਨਾ। ਯਾਰ ਇੱਕ ਗੱਲ ਹੈਗੀ, ਤੁਸੀਂ ਪੜ੍ਹੇ ਲਿਖੇ ਜੇ, ਯਾਰ ਤੂੰ ਵੱਡਾ ਵੀਰ ਆ, ਹਾਂਜੀ, ਮੈਂ ਤੇਰੇ ਕੋਲ ਹੱਕ ਮੰਗਣ ਜਾਊਂਗਾ, ਚਾਹੇ ਤੂੰ ਮੇਰਾ ਛੋਟਾ ਬਣ ਜਾ, ਤੂੰ ਪਤਾ ਕੀ ਵੱਡਾ ਹੋ ਕੇ ਕੀ ਆਣਾ, ਯਾਰ ਤੂੰ ਬੜਾ ਬਣ ਜਾ, ਬੜਾ ਬਣ ਜਾ। ਬਸ ਗੱਲ ਮੋਦੀ ਆਹੀ ਬਣਾਇਆ, ਬਿਲਕੁਲ, ਆ ਚਾਹ ਬਣਾਉਣ ਦੇ ਸਾਡੇ ਲਈ, ਉਹਨੇ ਸਾਲੇ ਆਪਣੇ ਲਈ ਵੇਚੀ, ਆਪਣੇ ਲਈ ਵੇਚੀ, ਹੁਣ ਸਾਲਾ ਦੇਸ਼ ਵੇਚ ਦੇਣ ਲੱਗਾ ਸਾਡੇ ਲਈ, ਸਾਡੇ ਲਈ। ਮੈਂ ਗੁਰੂ ਨਾਨਕ ਦਾ 13-13 ਦਾ ਲੰਗਰ ਲਾਇਆ, ਹਾਂਜੀ, ਉਹ ਕਹਿੰਦਾ ਮੈਂ ਚਾਹ ਵੇਚਦਾ ਰਿਹਾ, ਜੀ ਜੀ, ਮੈਨੂੰ ਦੱਸੋ ਚਾਹ ਕਿੱਥੇ ਵੇਚੀ ਉਹਨੇ, ਕਿੱਥੇ ਟੈਨਸ਼ਨ ਵੀ ਨਹੀਂ ਕਰਦਾ, ਟੈਨਸ਼ਨ ਕੋਈ ਦੱਸੋ, ਗੱਲ ਤਾਂ ਉਹੀ ਆ ਗਈ, ਆ ਵੇਖੋ ਬਾਬੇ ਨਾਨਕ ਦੀ ਚਾਹ ਬਣਾਈ, ਦੁੱਧ ਬਣਾ, ਉਹ ਨਗਰ ਦੀ ਸੇਵਾ ਕਰਾਂਗੇ। ਕਿਰਤ ਤਾਂ ਆਪਾਂ ਵੀ ਬਥੇਰੀ ਕਰਦੇ ਆ, ਜੇ ਉਹਨੇ ਚਾਹ ਵੇਚੀ ਆ, ਮੈਂ ਇਲਾਕੇ ਦੇ ਬੜੀ ਸਿਫਤ ਕਰਦਾ, ਬੜੀ ਕਿਰਪਾ ਜੀ,
ਪਰ ਸਾਡੀ ਵੀ ਇੱਕ ਬੇਨਤੀ ਹੈਗੀ ਸਾਡੇ ਵਾਲਿਆਂ ਨੂੰ ਸਾਰਿਆਂ ਨੂੰ ਹੁਣ ਸਫਾਈ ਦਾ ਧਿਆਨ ਰੱਖੋ ਬਿਲਕੁਲ ਆੜੀਆਂ ਬੋਤਲਾਂ ਜਾਂ ਟਰਾਲੀ ਦੇ ਵਿੱਚ ਆਪਣੇ ਇੱਕ ਉੱਥੇ ਲਾ ਲੈਣ ਤੋੜਾ ਥੱਲੇ ਕੋਈ ਨਾ ਕੋਈ ਟਰਾਲੀ ਥੱਲੇ ਸੁੱਟ ਦੇਣ ਜੀ 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 ਸਫਾਈ ਹੋ ਜੇ ਧੋਬੀ ਦਾ ਕੁੱਤਾ ਨਾ ਕੱਢਦਾ ਅੱਗੇ ਜਾਣ ਦਾ ਕੀ ਕਿਉਂ ਹੈਗਾ ਯਾਰ ਸਿਸਟਮ ਐਵੇਂ ਆ ਨਾ ਵੀ ਜੇ ਅੱਗੇ ਜਾਣਾ ਪੈ ਗਿਆ ਉਹ ਹਿਸਾਬ ਨਾਲ ਹਲੇ ਪੱਕੇ ਪ੍ਰਬੰਧ ਨਹੀਂ ਹੋਏ ਟਰਾਲੇ ਏਡੇ ਏਡੇ ਟਰਾਲੇ ਨਾਲ ਖਾਲੀ ਇੱਕ ਆਪਣਾ ਟੰਗ ਲਈਏ ਜੀ ਜੀ ਟਰਾਲੀ ਚ ਸਮਾਨ ਹੈ ਵੇਸਟਿੰਗ ਉਹਦੇ ਵਿੱਚ ਬੋਤਲ ਪਾਈਏ ਦਿੱਲੀ ਆਇਓ ਕਰਿਆ ਵਾ ਤਾਂ ਦਿੱਲੀ ਆਇਓ ਤਾਂ ਹਾਂ ਇਹ ਤਾਂ ਸਫਾਈ ਕਰੀਏ ਸਫਾਈ ਕਰੀਏ ਆਪਾਂ ਯਾਰ ਤੁਹਾਡੇ ਤੇ ਸਾਨ ਥੋੜੀ ਆ ਇੱਕ ਤੁਸੀਂ ਲੰਤਰ ਦੇਣ ਦੇ ਜੇ ਜੀ ਜੀ ਇੱਕ ਇੱਥੇ ਗੰਦ ਪਾਈਏ ਨਾ ਬਿਲਕੁਲ ਮੁੜ ਕੇ ਕਹਿਣਾ ਇੱਥੇ ਬਿਮਾਰੀ ਫੈਲ ਗਈ ਡੀਡੀਡੀ ਪੌੜੀ ਪਵੇ ਇਹ ਤਾਂ ਹੈ ਬਣਾਓ ਤੁਸੀਂ ਡਿਸਪੋਜ਼ਲ ਗਲਾਸ ਕੱਢ ਲਓ ਪ੍ਰਸ਼ਾਦਿਆਂ ਦੀ ਸੇਵਾ ਲੈ ਕੇ ਬਾਈ ਹੁਣੀ ਚੱਲਦੇ ਹੁਣ ਲੈ ਕੇ ਪੂਰੇ ਪ੍ਰਬੰਧ ਬਣਾਏ ਹੋਏ ਨੇ ਬੱਸਾਂ ਦੇ ਵਿੱਚ ਬਾਬਾ ਜੀ ਕੋਈ ਤੰਗੀ ਜ਼ਿਆਦਾ ਲੰਗਰ ਪਾਣੀ ਦੀ ਫਿਲਹਾਲ ਇੱਥੇ ਕੋਈ ਤੰਗੀ ਤਾਂ ਨਹੀਂ ਜ਼ਿਆਦਾ ਲੰਗਰ ਪਾਣੀ ਦੀ ਪ੍ਰਸ਼ਾਦੇ ਦੀ ਕੋਈ ਬੜੀ ਕਿਰਪਾ ਸਤਿਗੁਰਾਂ ਦੀ ਹਲੋ ਰਸ ਨਾਲ ਬਣਾ ਲਿਆ ਇਹ ਤੇ ਕਹਿੰਦੇ ਵੀ ਲੰਗਰ ਪਾਣੀ ਦੀ ਪ੍ਰਸ਼ਾਦੇ ਦੀ ਤਾਂ ਕੋਈ ਤੰਗੀ ਹੋਣੀ ਇੱਥੇ ਤੇ ਬਸ ਸਾਥ ਹੈ ਨੌਜਵਾਨਾਂ ਦੇ ਸਹਿਯੋਗ ਦੀ ਨੌਜਵਾਨ ਜਿੰਨੇ ਵੱਧ ਤੋਂ ਵੱਧ ਆਉਣਗੇ ਉਨਾ ਮਤਲਬ ਸਫਲ ਹੋਣਾ ਕਿ ਨਹੀਂ ਕੀ ਵੱਧ ਚੜ ਕੇ ਜਿੰਨੇ ਨੌਜਵਾਨਾਂ ਦਾ ਇਕੱਠ ਹੋਊਗਾ ਸ਼ਾਂਤੀ ਜੀ 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 ਬਿਲਕੁਲ ਕੌਫੀ ਹੈ ਜੀ ਡੋਰ ਨਾ ਲਿਓ ਬਚਾ ਕੇ ਫੜ ਲਓ ਫੜ ਲਓ ਫੜ ਲਓ ਬਾਈ ਉਂਗਲੀ ਨਾ ਲਵਾ ਲਓ ਇੱਕ ਹੋਰ ਦਾ ਚਪਾ ਬੜੀ ਸੰਗਤ ਬਹੁਤ ਲੰਬਾ ਮਤਲਬ ਦੇਖੀ ਸਾਨੂੰ ਵੀ ਘੱਟੋ ਘੱਟ ਅਸੀਂ ਕਿਲੋਮੀਟਰ ਆ ਗਏ ਤੁਰ ਕੇ ਕੀ ਤੇਰੇ ਹਿਸਾਬ ਨਾਲ ਅੱਗੇ ਕਿੰਨਾ ਹੋਊਗਾ ਹੋਰ ਹੋਰ ਹੈਗਾ ਵੀਰੇ 2-3 ਕਿਲੋਮੀਟਰ 2-3 ਕਿਲੋਮੀਟਰ ਟਰਾਲੀਆਂ ਦਿਖਾ ਦੇ ਇੱਕ ਵਾਰ ਇੱਧਰ ਨੂੰ ਵੀ ਸਾਹਮਣੇ ਦੇਖ ਲਾ ਵੀ ਬਿਲਕੁਲ ਸ਼ਾਂਤਮਈ ਚੱਲ ਰਿਹਾ ਮਾਹੌਲ ਕੋਈ ਐਂ ਨਹੀਂ ਹੈ ਵੀ ਕੋਈ ਹੁੱਲੜਬਾਜ਼ੀ ਹੋ ਰਹੀ ਹੈ ਜਾਂ ਕੁਛ ਹੈ ਨਾ ਪਿਆਰ ਨਾਲ ਸਾਰੇ ਵੀਰ ਆਪਣੇ ਤੰਬੂ ਲਾਏ ਵੇ ਲੋਕਾਂ ਨੇ ਵੀਰੇ ਅੱਛਾ ਅੱਛਾ ਆ ਜਾਓ ਆ ਜਾਓ
ਅੱਗੇ ਪਹੁੰਚੇ ਜੀ ਐਨ ਜਿੱਥੇ ਬੈਠਗੇ ਇੱਥੇ ਬਾਈਆਂ ਨੂੰ ਕਾਫੀ ਸਿਕਾਈ ਹੈ ਇੱਥੇ ਇੱਥੇ ਬੜਾ ਗਰਮ ਮਾਹੌਲ ਹੈਗਾ ਫਿਲਹਾਲ ਫਿਰ ਚੱਲਦੇ ਹਾਂ ਵਾਪਸੀ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਪਿੱਛੇ ਲਓ ਜੀ ਮਿੱਤਰੋ ਮੋੜ ਲੈ ਜਾਊਂਗਾ ਆਪਣਾ ਮੈਨੂੰ ਵਿੱਚ ਬਿਠਾ ਲਓ ਪ੍ਰਸ਼ਾਦਾ ਛਕਣਾ ਸਿੰਘਾ ਨੇ ਤਕਰੀਬਨ 12 ਵਜੇ ਦਾ ਟਾਈਮ ਹੋ ਚੁੱਕਿਆ ਤੇ ਹੁਣ ਤਿਆਰੀ ਕਰੀਏ ਵਾਪਸੀ ਦੀ ਤੇ ਸਾਰਾ ਜਿੰਨਾ ਵੀ ਸਮਾਨ ਤਾਂ ਹੈ ਨਾ ਭੱਠੀ ਵਗੈਰਾ ਸਾਰਾ ਆਪਣੀ ਉਹ ਸੰਭਾਲ ਲਿਆ ਤੇ ਅੱਗੇ ਤੱਕ ਜਾ ਕੇ ਆਏ ਹਾਂ ਬਾਰਡਰ ਤੇ ਤੁਹਾਨੂੰ ਦਿਖਾਈਆਂ ਹੀ ਆ ਸ਼ੰਭੂ ਬਾਰਡਰ ਤੇ ਜੋ ਹਨ ਉੱਥੇ ਦੇ ਹਾਲਾਤ ਨੇ ਫਿਲਹਾਲ ਸ਼ਾਂਤੀ 'ਚ ਵੀ ਚੱਲਦਾ ਕੁਛ ਕੁ ਹੋ ਜਾਂਦਾ ਚਲੋ ਇੰਨਾ ਕੁ ਮਸਲਾ ਤੇ ਬਾਕੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੀ ਵੀਡੀਓ ਲਈ ਸੋ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਵਿੱਚ ਸੋ ਦੇਖਦੇ ਹਾਂ ਕਿ ਕੀ ਕਾਰਵਾਈ ਬਣਦੀ ਹੈ ਹੈ ਨਾ ਜਿੰਨੀ ਕੁ ਹੋ ਸਕੇ ਤੁਹਾਡੇ ਨਾਲ ਆਪਾਂ ਜਾਣਕਾਰੀ ਜ਼ਰੂਰ ਸਾਂਝੀ ਕਰਿਆ ਕਰਾਂਗੇ ਜੀ ਗੱਡੀ ਚ ਦੇਖੋ ਗੱਡੀ ਚ ਕਿੰਨੀਆਂ ਮੈਂ ਲੱਗਦਾ ਤਿੰਨ ਆ ਕਿ ਚਾਰ ਆ ਗੱਡੀ ਚ ਵੀ